ਸਤਿ ਸ਼੍ਰੀ ਅਕਾਲ, ਮੇਰਾ ਨਾਮ ਅਮਨਦੀਪ ਕੌਰ ਹੈ। ਮੈਂ ਇੱਥੇ ਅੱਜ ਲੁਧਿਆਣਾ ਆਡੀਸ਼ਨ ਮਿਸਿਸ ਪੰਜਾਬ ਲਈ ਆਈ ਹਾਂ ਅਤੇ ਮੇਰੇ ਫੈਮਿਲੀ ਨੇ ਮੈਨੂੰ ਅੱਜ ਬਹੁਤ ਸਪੋਰਟ ਕੀਤਾ। ਅੱਜ ਬਹੁਤ ਮੈਂ ਥੈਂਕ ਯੂ ਕਰਨਾ ਚਾਹੁੰਦੀ ਹਾਂ 9to9 ਐਂਟਰਟੇਨਮੈਂਟ ਦਾ, ਜਿਨ੍ਹਾਂ ਨੇ ਸਾਨੂੰ ਇੰਨਾ ਵਧੀਆ ਪਲੈਟਫਾਰਮ ਦਿੱਤਾ ਪਰਫੋਰਮ ਕਰਨ ਦਾ। ਧੰਨਵਾਦ। ਮੇਰਾ ਨਾਮ ਰਮਨਦੀਪ ਕੌਰ ਹੈ, ਮੈਂ ਫਰੀਦਕੋਟ ਸ਼ਹਿਰ ਦੀ ਰਹਿਣ ਵਾਲੀ ਹਾਂ ਅਤੇ ਅੱਜ ਮੈਂ ਇੱਥੇ ਮਿਸਿਸ ਪੰਜਾਬ 2018 ਦੇ ਆਡੀਸ਼ਨਸ ਦੇ ਲਈ ਆਈ ਹਾਂ। ਮੇਰਾ ਇੱਕ ਸੁਪਨਾ ਸੀ ਕਿ ਮੈਨੂੰ ਵੀ ਇੱਦਾਂ ਦਾ ਕੋਈ ਪੇਜੈਂਟ ਮਿਲੇ ਕਿ ਜਿੱਥੇ ਮੈਂ ਆਪਣਾ ਟੈਲੈਂਟ ਸ਼ੋ ਕਰ ਸਕਾਂ। ਅਤੇ ਆਫਟਰ ਮੈਰਿਜ ਮੈਨੂੰ ਜਦੋਂ ਪਤਾ ਲੱਗਾ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਅਤੇ ਮੇਰੇ ਹਸਬੈਂਡ ਨੇ, ਮੇਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਰਮਿੰਦਰ ਕੌਰ ਹੈ ਅਤੇ ਮੈਂ ਲੁਧਿਆਣੇ ਦੀ ਰਹਿਣ ਵਾਲੀ ਹਾਂ ਅਤੇ ਮੈਨੂੰ ਮੇਰੀ ਫੈਮਿਲੀ ਦਾ ਪੂਰਾ ਸਪੋਰਟ ਹੈ। ਸੋ ਮੈਂ ਇੱਥੇ ਮਿਸਿਸ ਪੰਜਾਬ 2018 ਲੁਧਿਆਣਾ ਆਡੀਸ਼ਨ ਵਿੱਚ ਆਈ ਹਾਂ ਅਤੇ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਸਾਨੂੰ ਇੰਨਾ ਵਧੀਆ ਪਲੈਟਫਾਰਮ ਦੇ ਲਈ। ਥੈਂਕ ਯੂ। ਮੇਰਾ ਨਾਮ ਮਨਪ੍ਰੀਤ ਕੌਰ ਹੈ, ਮੈਂ ਲੁਧਿਆਣਾ ਸ਼ਹਿਰ ਦੀ ਰਹਿਣ ਵਾਲੀ ਹਾਂ। ਮੈਂ ਮਿਸਿਸ ਪੰਜਾਬ ਵਿੱਚ ਆ ਕੇ ਬਹੁਤ ਮਿਸਿਸ ਪੰਜਾਬ ਦਾ ਆ ਕੇ ਬਹੁਤ ਧੰਨਵਾਦ ਕਰ ਰਹੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਪਲੈਟਫਾਰਮ ਕੀਤਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਕਵਲਦੀਪ ਕੌਰ, ਵਾਈਫ ਆਫ ਵਰਿੰਦਰਪਾਲ ਸਿੰਘ। ਮੈਂ ਆਪਣੀ ਫੈਮਿਲੀ ਦਾ, ਆਪਣੇ ਹਸਬੈਂਡ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਅੱਜ ਮੈਨੂੰ ਮਿਸ ਪੰਜਾਬ 2018 ਵਿੱਚ ਪਾਰਟੀਸਪੇਟ ਕਰਨ ਦੀ ਉਮੀਦ ਹੈ। ਮੈਨੂੰ ਮੇਰੀ ਫੈਮਿਲੀ ਦਾ, 9to9 ਇੰਟਰਟੇਨਮੈਂਟ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਹੈ ਕਿ ਜਿਨ੍ਹਾਂ ਨੇ ਮੈਨੂੰ ਆਫਟਰ ਮੈਰਿਜ ਪਲੇਟਫਾਰਮ ਦਿੱਤਾ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਜਨੀ ਹੈ, ਮੈਂ ਅੱਜ ਲੁਧਿਆਣੇ 'ਚ ਮਿਸਿਸ ਪੰਜਾਬ ਦਾ ਆਡੀਸ਼ਨ ਦੇਣ ਆਈ ਹਾਂ ਅਤੇ ਮੈਂ ਧੰਨਵਾਦ ਕਰਦੀ ਹਾਂ ਦਿਲੋਂ 9to9 ਇੰਟਰਟੇਨਮੈਂਟ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮੌਕਾ। ਥੈਂਕ ਯੂ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਜਸਲੀਨ ਹੈ, ਅੱਜ ਮੈਂ ਮਿਸਿਸ ਪੰਜਾਬ 2018 ਲੁਧਿਆਣਾ ਦੀ ਆਡੀਸ਼ਨਸ 'ਚ ਆਈ ਹਾਂ ਅਤੇ ਮੈਂ ਬਹੁਤ ਧੰਨਵਾਦ ਕਰਦੀ ਹਾਂ 9to9 ਇੰਟਰਟੇਨਮੈਂਟ ਵਾਲਿਆਂ ਦਾ ਜਿਨ੍ਹਾਂ ਨੇ ਇਹ ਪਲੈਟਫਾਰਮ ਇੱਕ ਮੈਰਿਡ ਵੂਮਨ ਲਈ ਦਿੱਤਾ ਹੈ। ਜਿਹੜੇ ਲੋਕ ਸੋਚਦੇ ਕਿ ਵਿਆਹ ਤੋਂ ਬਾਅਦ ਜ਼ਿੰਦਗੀ ਸਿਰਫ ਚੁੱਲ੍ਹੇ ਚੌਕੇ ਤੱਕ ਰਹਿ ਜਾਂਦੀ ਹੈ, ਉਹਨਾਂ ਲੇਡੀਜ਼ ਲਈ ਅਤੇ ਉਹਨਾਂ ਲੋਕਾਂ ਲਈ ਇਹ ਇੱਕ ਬਹੁਤ ਅੱਛਾ ਪਲੈਟਫਾਰਮ ਹੈ ਜਿੱਥੇ ਆ ਕੇ ਉਹ ਆਪਣਾ ਟੈਲੈਂਟ ਸ਼ੋ ਕਰ ਸਕਦੇ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਿਸਿਸ ਮੰਜੂ ਮਹਿੰਦਰੂ ਹੈ, ਮੈਂ ਇੱਕ ਹਾਊਸ ਵਾਈਫ ਹਾਂ, ਮੈਂ ਲੁਧਿਆਣੇ ਤੋਂ ਹੀ ਬਿਲੋਂਗ ਕਰਦੀ ਹਾਂ। ਮੈਂ ਅੱਜ ਮਿਸਿਸ ਪੰਜਾਬ 2018 'ਚ ਆਡੀਸ਼ਨ ਲਈ ਆਈ ਹਾਂ, ਇਸ ਲਈ ਮੈਂ 9to9 ਐਂਟਰਟੇਨਮੈਂਟ ਦਾ, ਆਪਣੇ ਇਨ-ਲੋਜ਼ ਦਾ, ਆਪਣੇ ਹਸਬੈਂਡ ਦਾ ਬਹੁਤ ਸ਼ੁਕਰੀਆ ਗੁਜ਼ਾਰ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਅਤੇ ਮੈਂ ਅੱਜ ਇਸ ਪਲੇਟਫਾਰਮ 'ਤੇ ਪਰਫੋਰਮ ਕਰਨ ਲਈ ਆਈ ਹਾਂ। ਸਤਿ ਸ਼੍ਰੀ ਅਕਾਲ, ਮੈਂ ਸੋਨੀਆ ਕਪੂਰ, ਮੈਂ ਲੁਧਿਆਣੇ ਸ਼ਹਿਰ ਦੀ ਰਹਿਣ ਵਾਲੀ ਹਾਂ। ਮੈਂ ਬਹੁਤ ਧੰਨਵਾਦੀ ਹਾਂ 9to9 ਐਂਟਰਟੇਨਮੈਂਟ ਐਂਡ ਆਪਣੀ ਫੈਮਿਲੀ ਦਾ ਜਿਨ੍ਹਾਂ ਨੇ ਮੈਨੂੰ ਇੰਨਾ ਅੱਛਾ ਮੌਕਾ ਦਿੱਤਾ ਇੱਥੇ ਆਉਣ ਦਾ ਔਰ ਇੰਨਾ ਅੱਛਾ ਪਲੈਟਫਾਰਮ ਦਿੱਤਾ ਸਾਨੂੰ ਸਾਰੀ ਕੁੜੀਆਂ ਨੂੰ ਆਫਟਰ ਮੈਰਿਜ ਕਿ ਅਸੀਂ ਇੱਥੇ ਆ ਕੇ ਆਪਣੀ ਪ੍ਰਤਿਭਾ ਦਿਖਾ ਸਕੀਏ, ਆਪਣਾ ਟੈਲੈਂਟ ਦਿਖਾ ਸਕੀਏ। ਥੈਂਕ ਯੂ। ਮੈਂ ਮਿਸਿਸ ਮੀਨਾਕਸ਼ੀ ਪਾਠਕ, ਥੈਂਕਸ ਦਾ ਫੈਮਿਲੀ ਐਂਡ 9to9 ਇੰਟਰਟੇਨਮੈਂਟ ਜਿਨ੍ਹਾਂ ਨੇ ਇੱਥੇ ਪਲੇਟਫਾਰਮ 'ਤੇ ਆਉਣ ਦਾ ਸਾਨੂੰ ਮੌਕਾ ਦਿੱਤਾ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਿਰਨਜੀਤ ਕੌਰ ਹੈ, ਅੱਜ ਮੈਂ ਇੱਥੇ ਲੁਧਿਆਣਾ ਆਡੀਸ਼ਨਸ ਲਈ ਆਈ ਹਾਂ ਫੋਰ ਮਿਸਿਸ ਪੰਜਾਬ ਐਂਡ ਮੈਂ ਰੀਅਲੀ ਆਈ ਐਮ ਰੀਅਲੀ ਥੈਂਕਫੁਲ ਟੂ ਮਾਈ ਫੈਮਿਲੀ ਐਂਡ ਮਾਈ ਪੇਰੈਂਟਸ ਜਿਨ੍ਹਾਂ ਕਰਕੇ ਮੈਂ ਅੱਜ ਇੱਥੇ ਹਾਂ ਅਤੇ ਮੈਂ ਆਈ ਐਮ ਰੀਅਲੀ ਥੈਂਕਫੁਲ ਟੂ 9to9 ਇੰਟਰਟੇਨਮੈਂਟ ਐਜ ਵੈਲ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਹਰ ਕੁੜੀ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹਨੂੰ ਕੋਈ ਨਾ ਕੋਈ ਪਲੈਟਫਾਰਮ ਮਿਲੇ। ਕਈ ਵਾਰੀ ਇਵੈਂਟ ਨਾ ਹੋਣ ਕਰਕੇ ਉਹ ਆਪਦੇ ਘਰ ਦੇ ਕਰਕੇ ਰਹਿ ਜਾਂਦੀ ਹੈ, ਬਟ ਵਿਆਹ ਤੋਂ ਬਾਅਦ ਅਗਰ ਇੱਕ ਸਪੋਰਟਿਵ ਫੈਮਿਲੀ ਮਿਲੇ ਤਾਂ ਹਰ ਕੋਈ ਕੁੜੀ ਕਿਸੇ ਨਾ ਕਿਸੇ ਪਲੈਟਫਾਰਮ 'ਤੇ ਆ ਸਕਦੀ ਹੈ। ਮੇਰਾ ਨਾਮ ਤਨਵੀਰ ਕੌਰ ਹੈ ਅਤੇ ਮੇਰੇ ਹਸਬੈਂਡ ਦੀ ਸਪੋਰਟ ਦੀ ਵਜ੍ਹਾ ਤੋਂ ਅੱਜ ਮੈਂ ਵਿਆਹ ਤੋਂ ਬਾਅਦ ਇਸ ਪਲੈਟਫਾਰਮ ਜੋ ਕਿ ਮਿਸਿਸ ਪੰਜਾਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਲੁਧਿਆਣੇ ਆਡੀਸ਼ਨ ਵਾਸਤੇ ਆਈ ਹਾਂ ਅਤੇ ਮੈਂ 9to9 ਐਂਟਰਟੇਨਮੈਂਟ ਦੀ ਬਹੁਤ ਧੰਨਵਾਦੀ ਹਾਂ ਕਿ ਸਾਨੂੰ ਇਹੋ ਜਿਹਾ ਪਲੈਟਫਾਰਮ ਪੇਸ਼ ਕੀਤਾ ਗਿਆ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਮਨਪ੍ਰੀਤ ਕੌਰ, ਲੁਧਿਆਣੇ ਦੀ ਜੰਮੀ ਹੋਈ ਅਤੇ ਹੁਸ਼ਿਆਰਪੁਰ ਦੀ ਵਿਆਹੀ ਹੋਈ ਹਾਂ। ਮੈਂ ਇੱਕ ਬਿਜ਼ਨਸ ਵੂਮੈਨ ਹਾਂ ਅਤੇ ਮੈਂ ਆਪਣੀ ਫੈਮਿਲੀ, ਚਾਹੇ ਉਹ ਮੇਰੇ ਪੇਰੈਂਟਸ ਹੈ, ਚਾਹੇ ਉਹ ਮੇਰੇ ਇਨ-ਲੋਜ਼ ਹੈ, ਮੈਂ ਸਭ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਸਪੋਰਟ ਕੀਤੀ ਹੈ ਔਰ ਮੈਂ ਉਮੀਦ ਕਰਦੀ ਹਾਂ ਅਤੇ ਮੈਨੂੰ ਅੱਗੇ ਤੱਕ ਵੀ ਸਪੋਰਟ ਕਰਨਗੇ। ਅਤੇ ਮੈਂ 9to9 ਐਂਟਰਟੇਨਮੈਂਟ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਜਿਨ੍ਹਾਂ ਨੇ ਇੱਕ ਲੇਡੀਜ਼ ਵੂਮੈਨ ਨੂੰ ਇਹ ਪਲੇਟਫਾਰਮ ਦਿੱਤਾ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਨਿਵਿਆ ਅਰੋੜਾ ਬਜਾਜ ਹੈ ਅਤੇ ਮੈਂ ਇੱਕ ਡਾਕਟਰ ਹਾਂ, ਫਿਜ਼ੀਓਥੈਰੇਪਿਸਟ ਅਤੇ ਆਈ ਐਮ ਵੈਰੀ ਥੈਂਕਫੁਲ ਟੂ ਮਾਈ ਪੇਰੈਂਟਸ ਇਨ ਲੋਜ਼, ਮੇਰੇ ਹਸਬੈਂਡ ਦਾ ਅਤੇ 9to9 ਐਂਟਰਟੇਨਮੈਂਟ ਦਾ ਜਿਨ੍ਹਾਂ ਨੇ ਮਿਸਿਸ ਪੰਜਾਬ ਲੁਧਿਆਣਾ ਆਡੀਸ਼ਨਸ ਰੱਖੀਆਂ ਨੇ ਤਾਂ ਕਿ ਸਾਡੀ
ਜਿਵੇਂ ਪ੍ਰੋਫੈਸ਼ਨਲ ਲੇਡੀਜ਼ ਅਤੇ ਘਰ ਘਰ ਹਾਊਸ ਵਾਈਫ ਵਾਲੀ ਕੁੜੀਆਂ ਨੂੰ ਮੌਕਾ ਮਿਲ ਸਕਦਾ ਹੈ ਤਾਂ ਕਿ ਅਸੀਂ ਆਪਣਾ ਟੈਲੈਂਟ ਸ਼ੋਅ ਕਰੀਏ। ਥੈਂਕ ਯੂ ਸੋ ਮੱਚ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਤਿਮਾ ਗੁਪਤਾ ਹੈ, ਮੈਂ ਲੁਧਿਆਣੇ ਦੀ ਰਹਿਣ ਵਾਲੀ ਹਾਂ। ਮੈਂ ਇੱਥੇ ਮਿਸਿਸ ਪੰਜਾਬ 2018 ਦੇ ਆਡੀਸ਼ਨਸ ਲਈ ਆਈ ਹਾਂ। ਮੈਂ 9to9 ਐਂਟਰਟੇਨਮੈਂਟ ਦੀ ਬਹੁਤ ਥੈਂਕਫੁੱਲ ਹਾਂ, ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਹਾਊਸ ਵਾਈਫਸ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਮੌਕਾ ਮਿਲਿਆ, ਅਤੇ ਮੈਂ ਆਪਣੀ ਫੈਮਿਲੀ ਦੀ ਵੀ ਬਹੁਤ ਥੈਂਕਫੁੱਲ ਹਾਂ, ਜਿਨ੍ਹਾਂ ਦੀ ਸਪੋਰਟ ਨਾਲ ਮੈਂ ਅੱਜ ਇੱਥੇ ਪਹੁੰਚੀ ਹਾਂ। ਧੰਨਵਾਦ ਜੀ। ਪੁੱਤ ਹੁੰਦੇ ਦੀਵੇ ਕਰਦੇ ਤਾਂ ਧੀਆਂ ਹੁੰਦੀ ਬੱਤੀ, ਜੇ ਪੁੱਤ ਹੁੰਦੇ ਦੀਵੇ ਕਰਦੇ ਤਾਂ ਧੀਆਂ ਹੁੰਦੀ ਬੱਤੀ, ਦੀਵੇ ਕਰਦੇ ਜਗ ਨੂੰ ਰੋਸ਼ਨ ਕਿਆ ਬਾਤ ਬਿਨ ਬੱਤੀ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਬਿਸ਼ਮੀਤ ਕੌਰ ਹੈ ਅਤੇ ਮੈਂ ਜਿਨ੍ਹਾਂ ਨਾਲ ਵਿਆਹੀ ਹਾਂ ਉਹਨਾਂ ਦਾ ਨਾਮ ਸਰਦਾਰ ਹਰਪ੍ਰੀਤ ਸਿੰਘ ਹੈ ਅਤੇ ਜਿਨ੍ਹਾਂ ਦੀ ਜਾਈ ਹਾਂ ਉਹਨਾਂ ਦਾ ਨਾਮ ਸਰਦਾਰ ਨਰਿੰਦਰਪਾਲ ਸਿੰਘ ਹੈ। ਅੱਜ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰਦੀ ਹਾਂ ਇੱਥੇ ਖੜ੍ਹੇ ਹੋ ਕੇ, ਕਿਉਂਕਿ ਮੈਂ ਸਿਰਫ ਇੱਕ ਧੀ ਬਣ ਕੇ ਨਹੀਂ ਬਲਕਿ ਕਿਸੇ ਦੀ ਪਤਨੀ ਅਤੇ ਇੱਕ ਮਾਂ ਬਣ ਕੇ ਇੱਥੇ ਖੜ੍ਹੀ ਹਾਂ। ਜੀ ਹਾਂ, ਮੇਰੀ 10 ਮਹੀਨਿਆਂ ਦੀ ਇੱਕ ਛੋਟੀ ਜਿਹੀ ਧੀ ਹੈ ਔਰ ਮੈਂ ਬਹੁਤ ਖੁਸ਼ਕਿਸਮਤ ਹਾਂ। ਮੈਨੂੰ ਨੱਚਣਾ ਟੱਪਣਾ ਗਾਣਾ ਬਹੁਤ ਪਸੰਦ ਹੈ ਔਰ ਮੈਂ ਤਹਿ ਦਿਲੋਂ 9to9 ਐਂਟਰਟੇਨਮੈਂਟ ਦਾ ਧੰਨਵਾਦ ਕਰਦੀ ਹਾਂ ਅਤੇ ਆਪਣੇ ਹਸਬੈਂਡ ਦਾ ਵੀ ਅਤੇ ਆਪਣੀ ਫੈਮਿਲੀ ਦਾ ਵੀ, ਜਿਨ੍ਹਾਂ ਨੇ ਮੌਕਾ ਦਿੱਤਾ ਕਿ ਮੈਂ ਇੱਥੇ ਅੱਜ ਆ ਸਕਾਂ। ਔਰ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੀ ਹਾਂ, ਉਹਨਾਂ ਕੁੜੀਆਂ ਲਈ ਇੱਕ ਮਿਸਾਲ ਬਣਨਾ ਚਾਹੁੰਦੀ ਹਾਂ ਜਿਹੜੇ ਸੋਚਦੇ ਨੇ ਕਿ ਵਿਆਹ ਤੋਂ ਬਾਅਦ ਅਸੀਂ ਕੁਛ ਨਹੀਂ ਕਰ ਸਕਦੇ। ਜੇ ਤੁਹਾਡੇ ਸੁਪਨਿਆਂ ਨੂੰ ਪੂਰੇ ਕਰਨ ਦੀ ਤੁਹਾਡੇ ਵਿੱਚ ਚਾਹ ਹੈ ਤਾਂ ਤੁਸੀਂ ਕੁਛ ਵੀ ਕਰ ਸਕਦੇ ਹੋ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗਗਨਦੀਪ ਕੌਰ ਹੈ, ਮੈਂ ਲੁਧਿਆਣੇ ਸ਼ਹਿਰ ਦੀ ਰਹਿਣ ਵਾਲੀ ਹਾਂ ਔਰ ਮੇਰੇ ਹਸਬੈਂਡ ਨਾਮ ਅਵਤਾਰ ਸਿੰਘ ਹੈ ਔਰ ਮੇਰੇ 2 ਬੇਟੇ ਨੇ ਔਰ ਮੈਂ 9to9 ਐਂਟਰਟੇਨਮੈਂਟ ਦੀ ਬਹੁਤ 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 ਧੰਨਵਾਦ ਹਾਂ, ਜਿਨ੍ਹਾਂ ਨੇ ਸਾਨੂੰ ਇਹ ਪਲੇਟਫਾਰਮ ਦਿੱਤਾ, ਸਾਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਭਜੀਤ ਕੌਰ ਹੈ, ਮੈਨੂੰ ਇਸ ਸਾਰੀ ਫੀਲਡ ਦੇ ਵਿੱਚ ਆਉਣ ਦਾ ਬਹੁਤ ਹੀ ਸ਼ੌਕ ਸੀ ਅਤੇ ਫਸਟ ਟਾਈਮ ਮੈਂ ਮਿਸਿਸ ਪੰਜਾਬ 2018 ਦੇ ਆਡੀਸ਼ਨ ਦੇ ਲਈ ਆਈ ਹਾਂ। 9to9 ਐਂਟਰਟੇਨਮੈਂਟ ਦਾ ਮੈਂ ਬਹੁਤ ਬਹੁਤ ਥੈਂਕਸ ਕਰਦੀ ਹਾਂ ਸਾਨੂੰ ਇਹ ਪਲੇਟਫਾਰਮ ਦੇਣ ਦੇ ਲਈ, ਐਂਡ ਸਪੈਸ਼ਲੀ ਥੈਂਕਸ ਟੂ ਮਾਈ ਪੇਰੈਂਟਸ, ਮਾਈ ਇਨ ਲੋਸ, ਅਤੇ ਮੈਨੂੰ ਦੋਵਾਂ ਫੈਮਿਲੀਜ਼ ਨੇ ਪੂਰਾ ਇੱਥੇ ਆਉਣ ਤੱਕ ਸਪੋਰਟ ਕੀਤਾ। ਥੈਂਕ ਯੂ।